जलंधर दे बीएमसी चौक वेच ट्रैफिक पुलिस वालों लोगों नु हेलमेट वंडे गए। इस मौके एडीसीपी सुखविंदर सिंह ने लोगों नु हेलमेट दे फायदे दसन दे नाल नाल ट्रैफिक नियमों बारे भी जानकारी दित्ती। उन्होंने कहा कि लोगों नु ज़्यादा तो ज़्यादा ट्रैफिक नियमों का पालन करना चाहिए है। जिहड़े बच्चे अते नौजवान अपना व्हीकल चलाउंदे ने उन्हां नूं लाइसेंस बना के ही व्हीकल चलाउणे चाहीदे ने, फिर भावें ओह गेयर वाला व्हीकल होवे जां बिना गेयर दे। एडीसीपी सुखविंदर सिंह ने दस्या कि उन्हां वल्लों स्कूलां विच वी बच्चियां नूं ट्रैफिक नियमां बारे जागरूक करन लई कैंप लगाए जांदे ने। इस दे नाल ही उन्हां सारे माता पिता नूं अपील कीती कि अपने बच्चियां नूं घट उम्र दे विच गेयर वाले व्हीकल ना चलाउण देण। अज असी जिहड़ा हैगा सड़क सुरक्षा के तहत जिहड़ा लोगों नूं अवेयर करने वास्ते जिहड़ा अज फ्री ऑफ कॉस्ट हैलमेट जिहड़े आ जलंधर कमिश्नर पुलिस वालों जिहड़े आ मानयोग कमिश्नर जलंधर साहब जी की रहनुमाई हेठ दिशा निर्देशों जिहड़ी अज कार्रवाई की गई आ। ये ISI मार्का हैलमेट जिहड़े आ उन्हां लोगों नूं दित्ते जा रहे आ जिहड़े लोग कोई हैलमेट नहीं लै सकते, ताकि लोगों नूं इनकरज किया जा सके कि वह अपनी जिहड़ी सुरक्षा वास्ते आ हैलमेट किन्ना जरूरी है पहनना। तो उन्हां नूं ये हैलमेट दे के उन्हां नूं दस्या जा रहा है, समझाया जा रहा कि हैलमेट हमेशा पहन के रखो ताकि तुहाडा ते तुहाडे परिवार की सुरक्षा नूं यकीनी बनाया जा सके, क्योंकि तुसीं जदों घर तों निकलदे हो ते तुहाडा घर दे विच कोई इंतजार कर रहा हुंदा है। तो कई बार कोई यह जी इंसीडेंट हो जाते हैं जिन्हों में हैड इंजरी के नाल बहुत सारिया जिहड़ियां वह जानी नुकसान भी होंगे, और अज इन्हों समझाया गया है और हैलमेट दिते जा रहे हैं ताकि ये लोग जिहड़ा वध तो वध हैलमेट पहन सके। राहगीर जिहड़े चलते हैं उन्होंने को हैलमेट तो होंगे है, मगर हैलमेट पाना सही नहीं समझते। वह भी इन्हों समझाया जा रहा, क्योंकि बहुत सारे लोगों को अवेयरनैस नहीं हैगी, और अवेयरनैस भी नाल की जा रही है, नाल नाल जिहड़ियां इन्हां नूं जिहड़ियां नंबर प्लेटां जिहड़ियां ਉਹ ਵੀ ਇਹਨਾਂ ਨੂੰ ਦੱਸਿਆ ਜਾ ਰਿਹਾ ਕਿ ਆਪਣੀਆਂ ਨੰਬਰ ਪਲੇਟਾਂ ਜਾਂ ਰਜਿਸਟਰਡ ਨੰਬਰ ਪਲੇਟਾਂ ਲਗਾਉਣ। ਸਰ ਇੱਕ ਚੀਜ਼ ਹੋਰ ਦੇਖੀ ਜਾ ਰਹੀ ਹੈ, ਇਹ ਜਦੋਂ ਜਲੰਧਰ ਤੋਂ ਕੋਈ ਜਾਂ ਹੋਰ ਕਿਸੇ ਵੀ ਜ਼ਿਲ੍ਹੇ ਤੋਂ ਮੋਹਾਲੀ ਵੱਲ ਨੂੰ ਜਾਂਦੇ ਆ, ਮੋਹਾਲੀ ਟਿਕਰ ਤਾਂ ਠੀਕ ਹੈ ਹੈਲਮੇਟ ਨਹੀਂ ਪਾਉਂਦੇ ਜਾਂ ਸੀਟ ਬੈਲਟ ਨਹੀਂ ਲਗਾਉਂਦੇ ਹੈਗੇ, ਜਦੋਂ ਮੋਹਾਲੀ 'ਚ ਐਂਟਰ ਕਰਦੇ ਉਦੋਂ ਸਾਰੇ ਕਾਨੂੰਨ ਕਿਵੇਂ ਨਾਲ ਕੀਤੇ ਆ ਜਾਂਦੇ, ਇਹਦੇ ਬਾਰੇ ਲੋਕਾਂ 'ਚ ਅਵੇਅਰਨੈਸ। ਇਹ ਤੁਹਾਡਾ ਬਹੁਤ ਵਧੀਆ ਸਵਾਲ ਆ। ਦੇਖੋ, ਇਹ ਹਰ ਇੱਕ ਬੰਦੇ ਦੀ ਪਰਸਨਲ ਜ਼ਿੰਮੇਵਾਰੀ ਬਣਦੀ ਆ ਕਿ ਉਹ ਜਿਹੜੇ ਨਿਯਮ ਆ ਉਹਨਾਂ ਨੂੰ ਫੋਲੋ ਕਰਨ, ਕਿਉਂਕਿ ਉਹਨਾਂ ਦੀ ਸੁਰੱਖਿਆ ਨਾਲ ਜੁੜੇ ਹੋਏ ਨਿਯਮ ਜਿਹੜੇ ਆ ਸੀਟ ਬੈਲਟ ਲਾਉਣਾ ਜਾਂ ਹੈਲਮੈਟ ਪਹਿਨਣਾ, ਇਹ ਉਹਨਾਂ ਦੇ ਆਪਣੀ ਸੁਰੱਖਿਆ ਵਾਸਤੇ ਨਿੱਜੀ ਸੁਰੱਖਿਆ ਵਾਸਤੇ ਬਹੁਤ ਜ਼ਰੂਰੀ ਆ। ਔਰ ਥੋੜ੍ਹੇ ਸਮੇਂ ਦੇ ਵਿੱਚ ਹੀ ਜਲੰਧਰ ਦੇ ਵਿੱਚ ਪੂਰੇ ਸ਼ਹਿਰ 'ਚ ਕੈਮਰੇ ਜਿਹੜੇ ਆ ਉਹ ਚਾਲੂ ਹੋ ਜਾਣੇ ਆ, ਔਰ ਇਹ ਚੀਜ਼ ਦਾ ਵੀ ਬਿਲਕੁਲ ਹੱਲ ਸਦਾ ਲਈ ਹੋ ਜਾਣਾ, ਕਿਉਂਕਿ ਆਟੋਮੈਟਿਕ ਚਲਾਨ ਜਨਰੇਟ ਹੋ ਜਾਇਆ ਕਰਦੇ। ਸਰ ਇੱਕ ਗੱਲ ਹੋਰ ਦੱਸ ਦਿਓ ਕਿ ਇਹ ਜਿਹੜਾ ਤੁਹਾਡੇ ਵੱਲੋਂ ਉਪਰਾਲਾ ਕੀਤਾ ਗਿਆ, ਇਹ ਉਪਰਾਲਾ ਲਗਾਤਾਰ ਰਹੇਗਾ ਸਿਰਫ ਅੱਜ ਦੀ ਦਿਹਾੜੀ ਹੈ? ਨਹੀਂ, ਲਗਾਤਾਰ ਅਸੀਂ ਉਹਨਾਂ ਪੋਕਿਟਸ 'ਚ ਕਰਾਂਗੇ ਜਿੱਥੇ ਕੋਈ ਸਾਨੂੰ ਇਸ ਤਰ੍ਹਾਂ ਦਾ ਲੱਗੇਗਾ ਕਿ ਹਾਂ ਇਹਨਾਂ ਲੋਕਾਂ ਨੂੰ ਇੱਥੇ ਹੈਲਮੈਟ ਦੀ ਲੋੜ ਹੈਗੀ ਆ, ਨਹੀਂ ਲੈ ਸਕਦੇ ਜਾਂ ਕੋਈ ਪਰਿਵਾਰ ਇਹੋ ਜਿਹਾ, ਔਰ ਉਹ ਅਲੱਗ ਅਲੱਗ ਜਗ੍ਹਾ ਬਦਲ ਕੇ ਅਸੀਂ ਸ਼ਹਿਰ ਦੇ ਵਿੱਚ ਉਪਰਾਲੇ ਕਰਾਂਗੇ। ਹਾਂ, ਟ੍ਰੈਫਿਕ ਪੁਲਿਸ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਕੋਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨਵੀਆਂ? ਹਾਂ, ਉਹਨਾਂ ਨੂੰ ਦੱਸਿਆ ਗਿਆ ਕਿ ਆਮ ਲੋਕਾਂ ਨੂੰ ਜਿਹੜਾ ਆ ਉਹ ਜਿਹੜੀਆਂ ਨੰਬਰ ਪਲੇਟਾਂ ਜਿਹੜੀਆਂ ਰਜਿਸਟਰਡ ਨੰਬਰ ਪਲੇਟ ਆ ਉਹ ਲਾਉਣ ਵਾਸਤੇ ਅਵੇਅਰ ਕਰਨ, ਵੱਧ ਤੋਂ ਵੱਧ ਚਲਾਨ ਵੀ ਕੀਤੇ ਜਾ ਰਹੇ ਆ, ਅਤੇ ਲੋਕਾਂ ਨੂੰ ਸੁਰੱਖਿਆ ਦੇ ਜਿਹੜੇ ਨਿਯਮ ਆ ਉਹ ਦੱਸੇ ਜਾਣ, ਚਲਾਨਾਂ ਦੇ ਨਾਲ ਨਾਲ ਉਹ ਵੀ ਅਵੇਅਰ ਕੀਤਾ ਜਾਵੇ। ਫਿਰ ਕਿਤੇ ਨਾ ਕਿਤੇ ਹੈਲਮਟ ਦੇ ਕੇ ਜਿਹੜਾ ਲੋਕਾਂ ਦੀ ਸੁਰੱਖਿਆ ਲਈ ਜ਼ਰੂਰ ਹੈਲਮਟ ਦਿੱਤੇ ਜਾਂਦੇ ਲੋਕਾਂ ਦੀ ਸੁਰੱਖਿਆ ਲਈ, ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਤੀਸਰੀ ਅੰਗ ਦਾ ਪ੍ਰੋਜੈਕਟ ਦਿੱਤਾ ਗਿਆ ਸੀ ਸੀਸੀਟੀਵੀ ਕੈਮਰਿਆਂ ਨੂੰ, ਕਿ ਜਿਹੜੇ ਚੌਂਕ 'ਚ ਤੁਸੀਂ ਹੈਲਮਟ ਵੰਡ ਰਹੇ ਹੋ ਡਿਸਟ੍ਰਿਬਿਊਟ ਕਰ ਰਹੇ ਹੋ, ਉਹੀ ਚੌਂਕ ਦੇ ਕੈਮਰੇ ਜਿਹੜੇ ਬਿਲਕੁਲ ਜ਼ਮੀਨ ਨੂੰ ਵੱਲੋਂ ਹੈ, ਕੋਈ ਸਨੈਚਿੰਗ ਹੋ ਜਾਵੇ, ਕੋਈ ਕੁਛ ਵੀ ਵਾਰਦਾਤ ਕੋਈ ਵਿੱਚ ਆਉਂਦੀ ਨਹੀਂ। ਇਹ ਜਿਹੜਾ ਪ੍ਰੋਜੈਕਟ ਹੈ ਅਜੇ ਅੰਡਰ ਪ੍ਰੋਸੈਸ ਆ, ਪ੍ਰੋਗਰੈਸ ਹੈ, ਇਹ ਅਜੇ ਫਾਈਨਲ ਨਹੀਂ ਹੋਇਆ। ਜਦੋਂ ਇਹਨਾਂ ਨੂੰ ਫਾਈਨਲ ਕਰਕੇ ਇਹਨੂੰ ਬਿਲਕੁਲ ਉਹ ਐਕੂਰੇਟ ਕੀਤਾ ਜਾਏਗਾ ਤੇ ਬਿਲਕੁਲ ਉਹਦੀ ਪੋਜੀਸ਼ਨ ਜਿਹੜੀ ਉਹ ਸਹੀ ਹੋਏਗੀ। ਸਰ, ਜੇ ਟੋਈ ਤੋਂ ਗੱਡੀਆਂ ਚੱਕੀਆਂ ਜਾਂਦੀਆਂ, ਸਰ ਗਰੀਬਾਂ ਦੀ ਚੱਕੀ ਨੇ, VIP ਗੱਡੀਆਂ ਕਿਉਂ ਨਹੀਂ ਚੱਕੀਆਂ? ਨਹੀਂ, ਉਹ ਵੀ ਸਾਰਾ ਜੋ ਮਤਲਬ ਜਿਹੜੀਆਂ ਲਾਈਨਿੰਗ ਲੱਗੀ ਹੋਈ ਆ ਉਹ ਬਿਲਕੁਲ ਉਸ ਚੀਜ਼ ਨੂੰ ਮੋਨੀਟਰਿੰਗ ਕੀਤਾ ਜਾ ਰਿਹਾ, ਔਰ ਬਿਲਕੁਲ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਿਆ ਜਾ ਰਿਹਾ, ਹਰ ਲਈ ਜਿਹੜਾ ਨਿਯਮ ਹੈ ਇੱਕੋ ਜਿਹਾ ਹੋਏ। ਕੋਈ ਨਹੀਂ, ਇਹਦੇ ਵਿੱਚ ਇਸ ਤਰ੍ਹਾਂ ਆ, ਕਈ ਵਾਰੀ ਕੋਈ ਵੈਸੇ ਜਿਹੜਾ ਆ ਉਹ ਇਹੋ ਜਿਹੀ ਗੱਲ ਆ ਜਾਂਦੀ ਆ ਧਿਆਨ ਦੇ ਵਿੱਚ, ਪਰ ਅਦਰਵਾਈਜ਼ ਜਿਹੜੀ ਅਸੀਂ ਲਾਈਨ ਲਾਈ ਹੋਈ ਆ ਉਹਦੇ ਹਿਸਾਬ ਨਾਲ ਹੀ ਉਹ ਬਕਾਇਦਾ ਵੀਡੀਓ ਬਣਾਉਂਦੇ ਆ, ਬਕਾਇਦਾ ਫੋਟੋਗ੍ਰਾਫੀ ਕਰਦੇ ਆ, ਔਰ ਫਿਰ ਲਾਈਨ ਗੱਡੀ ਕਰਦੇ ਆ। ਪਹਿਲਾਂ ਵੀ NGO ਵੱਲੋਂ ਜਾਂ ਪੁਲਿਸ ਮੁਲਾਜ਼ਮਾਂ ਵੱਲੋਂ ਪਹਿਲਾਂ ਵੀ ਹੈਲਮੈਟ ਦਿੱਤੇ ਜਾਂਦੇ ਨੇ, ਪਰ ਕਿਤੇ ਨਾ ਕਿਤੇ ਲੋਕ ਅਵੇਅਰ ਨਹੀਂ ਹੈ ਵੀ ਹੈਲਮੈਟ। ਹਾਂ, ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਉਹਨਾਂ ਲੋਕਾਂ ਦੇ
हाँ बिल्कुल इस तरह है, असल असी अज इन्हां लोकां नूं सिर्फ आपसी तालमेल के मद्देनजर ये हैलमेट दे रहे हैं, ना कि किसी को पनिश करनी। उन्होंने समझाया गया, कागजां बारे भी दस्या गया, और भविख दे विच ओह जिहड़े आ इन्हां चीज़ां दे नाल इनकर्ज होणगे, सगों जे ओह अपने जिहड़े कि असी को कमी पेशी है दूर करनगे। नियम पक्के करन वास्ते पुलिस वल्लों जदों इंप्लीमेंट करन दे तौर ते जदों सख्ताई कीती जाएगी? सख्ताई है बिल्कुल, पर यह भी तुहानूं दस्या भी ये बहुत जल्दी असी शुरू करन जा रहे हैं। पूरे जलंधर दे विच कैमरिआं दे विच लैस हो जाएगा चलान, और हर एक उहदे विच जिहड़ा आ ओह कोई भी होवे उहदे विच उसका चलान जिहड़ा आटोमैटिक जनरेट होया। हाँ, और बहुत जल्दी जलंधर नूं एक नवीं चीज़ मिल रही है। सर, जिद्दां कि तुहानूं पता है कि ट्रैफिक पूरे पंजाब में सारे वास्ते बहुत इंपोर्टेंट हो गया, तुहानूं कि लगदा स्कूल्स ते कॉलेजेस दे विच एज़ अ सब्जेक्ट पढ़ाया जाना चाहिए कि? हाँ जी बिल्कुल, वो स्पैशल ड्राइव जिहड़ियां साडियां स्कूलां दे विच चलदियां आ बच्चों निजमां दे बारे दस्सिया जांदा, और बकायदा इंस्ट्रक्टर लगे हुए आ ट्रैफिक वालों, और बहुत स्कूलों के प्रोग्राम चल रहे हैं। वह माता पिता को अपील है यही साड़ी कि वह अपने बच्चों बिल्कुल इस गल समझा के रखन, उन्हों की जिम्मेवारी बनती है कि उन्होंने बच्चे आ, क्योंकि बच्चों जो अंडर एज आ तो उन्होंने स्कूटर वाइकल ना दिते जा। और हाँ स्कूल ऑलरेडी चल रही स्कूलों के अवेयरनैस यूथ वास्ते यही अपील है कि वह अपना अंडर एज जिहड़ा आ अगर विदाउट गेयर वह वहीकल चलाते तो विदाउट गेयर लाइसेंस बन जाता वो बनाउण, ट्रैफिक के निजमों बारे वध तो वध जागरूक होण, जिदा कि स्कूलों के दस रहे हैं अभी बार।